100 ਸਾਲ ਬਾਅਦ ਇਸ ਤਰ੍ਹਾਂ ਦੀ ਸਥਿਤੀ ਆਈ। ਸਿੱਖਾਂ ਕੋਲ ਆਪਣੀ ਨੁਮਾਇੰਦਗੀ ਕਰਨ ਲਈ ਆਪਣੇ ਸਿਸਟਮ ਟੁੱਟ ਚੁੱਕੇ ਆ, ਔਰ ਉਸ ਵਕਤ ਟੁੱਟੇ ਆ ਜਦੋਂ ਸਿੱਖਾਂ ਦੀ ਕ੍ਰੈਡੀਬਿਲਟੀ ਬਹੁਤ ਜ਼ਿਆਦਾ ਆ। ਅਤੇ ਅੱਜ ਤਖ਼ਤਾਂ ਦੇ ਉੱਤੇ ਫੈਸਲੇ ਪੰਥ ਦੀ ਬਜਾਏ ਇੱਕ ਪਰਿਵਾਰ ਜਾਂ ਇੱਕ ਜਥੇਬੰਦੀ ਦੇ ਹੱਕ 'ਚ ਕਿਉਂ ਹੋ ਰਹੇ? ਉਹ ਇਸ ਕਰਕੇ ਹੋ ਰਹੇ ਆ ਕਿ ਅੱਜ ਤਖ਼ਤ ਦਾ ਜਿਹੜਾ ਪ੍ਰਬੰਧ ਹੈ ਉਹ ਪੂਰੇ ਪੰਥ ਦੇ ਵਿੱਚੋਂ ਸਾਂਝੇ ਰੂਪ 'ਚ ਨਹੀਂ ਚੱਲ ਰਿਹਾ। ਸਿੱਖਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸਦਾ ਇੱਕ ਉਸ ਜਥੇ ਕੋਲ ਰਿਹਾ ਜਿਹੜਾ ਜਥਾ ਨਿਸ਼ਕਾਮ ਸਟਰਗਲ ਕਰਦਾ ਸੀ। ਬਾਬਾ ਦੀਪ ਸਿੰਘ ਹੋਣੀ, ਬਾਬਾ ਗੁਰਬਖਸ਼ ਸਿੰਘ ਹੋਣੀ, ਅਕਾਲੀ ਫੂਲਾ ਸਿੰਘ ਹੋਣੀ, ਜਿਹੜੇ ਤਖ਼ਤ ਦੇ ਜਥੇਦਾਰ ਹੋਏ ਨੇ ਉਹ ਹੋਏ ਨੇ ਜਿਹੜੇ ਅਸਲ ਅਕਾਲੀ ਸੀਗੇ, ਜਿਹੜੇ ਦੁਨੀਆ ਦੀ ਕਿਸੇ ਅਹੁਦੇਦਾਰੀ ਦੇ ਚੱਕਰ 'ਚ ਨਾ ਪੈਂਦੇ, ਪੋਲੀਟੀਕਲ ਲੜਾਈ ਲੜਦੇ ਸੀਗੇ, ਸੰਘਰਸ਼ ਕਰਦੇ ਸੀਗੇ, ਪਰ ਅਹੁਦਿਆਂ ਤੋਂ ਉੱਪਰ ਉੱਠ ਕੇ। ਅੱਜ ਵੀ ਤੁਸੀਂ 200 ਬੰਦੇ ਦਾ, 50 ਬੰਦੇ ਦਾ, 500 ਬੰਦੇ ਦਾ, ਸਾਰੇ ਪੰਥ 'ਚੋਂ ਜਿਹੜੇ ਰਹਿਤ 'ਚ ਪੱਕੇ ਆ, ਜਿਨ੍ਹਾਂ ਦੀ ਕੋਈ ਦੇਣ ਹੈ ਪੰਥ ਨੂੰ, ਜਿਨ੍ਹਾਂ 'ਤੇ ਮਹਾਰਾਜ ਦੀ ਕੋਈ ਕਿਰਪਾ ਹੈ, ਐਸੇ ਬੰਦਿਆਂ ਦਾ ਇੱਕ ਪਲੇਟਫਾਰਮ ਬਣਾ ਲਓ ਜਿਹਦੇ ਤਹਿਤ ਤਖ਼ਤ ਦਾ ਪ੍ਰਬੰਧ ਚੱਲੇ, ਤਾਂ ਅੱਜ ਵੀ ਸਾਰਾ ਕੁਛ ਖੜ੍ਹ ਜਾਣਾ। ਸਿੱਖਾਂ 'ਚ ਫੈਸਲੇ ਕਿੱਦਾਂ ਹੁੰਦੇ ਸੀਗੇ? ਜੇ ਤੁਸੀਂ ਖਾਲਸਾ ਪੰਥ ਕਹਾਣੇ ਹੋ ਤਾਂ ਖਾਲਸਾ ਪੰਥ ਵਾਲੇ ਗੁਣ ਵੀ ਤਾਂ ਚਾਹੀਦੇ ਨਾ। ਤਾਂ ਖਾਲਸਾ ਪੰਥ ਫੈਸਲੇ ਕਿੱਦਾਂ ਕਰਦਾ ਸੀਗਾ? ਪੰਥ ਫੈਸਲੇ ਗੁਰੂ ਦੀ ਹਜ਼ੂਰੀ 'ਚ ਪੰਜਾਂ ਸਿੰਘਾਂ ਰਾਹੀਂ, ਪੰਜ ਪ੍ਰਧਾਨੀ ਪ੍ਰਣਾਲੀ ਰਾਹੀਂ ਗੁਰਮਤੇ ਸਾਜਦਾ ਸੀ। ਕਿ ਸਿੱਖਾਂ ਨੇ ਆਪਣੇ ਆਗੂ ਕਿਵੇਂ ਚੁਣਨੇ ਆ, ਅੱਜ ਆਗੂ ਕਿਵੇਂ ਚੁਣੇ ਜਾਂਦੇ ਆ, ਉਹਦੇ ਦੋ ਹੀ ਤਰੀਕੇ ਨੇ ਕਿ ਵੋਟਾਂ ਕੌਣ ਜ਼ਿਆਦਾ ਲੈ ਗਿਆ ਜੀ। ਜਿਹੜਾ ਸਾਰੀ ਦਿਹਾੜੀ ਫੇਸਬੁੱਕ 'ਤੇ ਲਾਈਵ ਹੋ ਕੇ ਬੈਠਾ ਰਹੇ ਉਹ ਲੀਡਰ ਬਣ ਜਾਂਦਾ। ਤਾਂ ਇਹ ਦੋ ਤਰੀਕੇ ਵੀ ਆਪਾਂ ਨੂੰ ਦੇਖਣੇ ਪੈਣੇ ਕਿ ਸਿੱਖਾਂ 'ਚ ਲੀਡਰ ਕਿੱਦਾਂ ਬਣਦੇ ਸੀਗੇ। ਸਿੱਖਾਂ 'ਚ ਲੀਡਰ ਪਹਿਲਾਂ ਘਾਲ ਕਮਾਈ ਦੇ ਸਿਰ 'ਤੇ, ਸੇਵਾ ਦੇ ਸਿਰ ਦੇ ਉੱਤੇ ਬਣਦੇ ਸੀਗੇ, ਜਿਨ੍ਹਾਂ ਦਾ ਆਪ ਦਾ ਕੋਈ ਅਮਲ ਹੁੰਦਾ ਸੀਗਾ ਸੰਗਤ ਦੇ ਵਿੱਚ। ਜਿਹੜਾ ਨਿਸ਼ਕਾਮ ਘਾਲ ਕਮਾਈ ਸੇਵਾ ਵਾਲਾ ਹੈਗਾ, ਉਹਨੇ ਆਪ ਬੇਸ਼ਰਮ ਹੋ ਕੇ ਨਹੀਂ ਖੜ੍ਹ ਕੇ ਕਹਿਣਾ ਕਿ ਮੈਂ ਅਗਵਾਈ ਕਰੂੰਗਾ, ਉਹ ਤਾਂ ਘਰੋਂ ਜਾ ਕੇ ਲੈ ਕੇ ਆਉਣੇ ਪੈਂਦੇ। ਅਤੇ ਜਿਹੜਾ ਸਭ ਤੋਂ ਹੋਛਾ ਹੁੰਦਾ, ਉਹਨੇ ਸਭ ਤੋਂ ਮੂਹਰੇ ਆ ਕੇ ਕਹਿਣਾ ਹੁੰਦਾ ਵੀ ਮੈਂ ਬਣਨਾ ਤੁਹਾਡਾ ਲੀਡਰ, ਅਤੇ ਮੁੜ ਕੇ ਜਦੋਂ ਵਜਨ ਪੈਂਦਾ ਤਾਂ ਉਹ ਅਸੀਂ ਦੇਖਿਆ ਫਿਰ ਕਿਆ ਹੁੰਦਾ। ਸਿੱਖ ਜਥੇਬੰਦ ਪਹਿਲਾਂ ਸਦਾ ਹੀ ਇੱਦਾਂ ਹੁੰਦੇ ਰਹੇ ਨੇ ਕਿ ਹਰੇਕ ਇਲਾਕੇ ਇਲਾਕੇ ਦੇ ਵਿੱਚ ਆਪੋ ਆਪਣੇ ਮੁਕੰਮਲ ਜਥੇ ਬਣਾ ਲੈਂਦੇ ਸੀ। ਸਾਰੇ ਪੰਜਾਬ ਦੇ ਵਿੱਚ 50 ਜਥੇ ਹੋਣ ਅਤੇ ਸਰਕਾਰ ਕਿਹੜੇ 'ਤੇ ਦਬਾਅ ਪਾਏ, ਕਿਹਨੂੰ ਖਰੀਦੇ, ਕਿਹਦੀਆਂ ਉਣਤਾਈਆਂ ਫੜੇ, ਇਹ ਪੋਸੀਬਲ ਹੀ ਨਹੀਂ ਹੁੰਦਾ। ਤਾਂ ਸਿੱਖਾਂ ਦਾ ਇਹ ਆਪ ਦਾ ਇਵੋਲਵ ਹੋਇਆ ਹੋਇਆ ਇੱਕ ਆਪਣਾ ਤਰੀਕਾ ਹੈ ਕਿ ਜਥੇਬੰਦ ਕਿੱਦਾਂ ਹੋਣਾ, ਜਿਹਨੂੰ ਹੰਨੇ ਹੰਨੇ ਮੀਰੀ ਕਹਿੰਦੇ। ਸੈਂਟਰਲ ਜਥੇਬੰਦੀ ਤਾਂ ਉਦੋਂ ਬਣਾਉਂਦੇ ਸੀਗੇ ਸਿੱਖ ਜਦੋਂ ਤਾਕਤ ਲੈਣ ਦੇ ਬਹੁਤ ਨੇੜੇ ਪਹੁੰਚ ਜਾਂਦੇ ਸੀਗੇ। ਜੇ ਸਿੱਖਾਂ ਨੇ ਕੁਛ ਆਉਣ ਵਾਲੇ ਭਵਿੱਖ ਦੇ ਵਿੱਚ ਉਸਾਰੂ ਕਰਨਾ ਹੈ ਤਾਂ ਉਹਨਾਂ ਨੂੰ ਹੁਣ ਤੋਂ ਬੰਨ ਨੂੰ ਬੰਨਣੇ ਪੈਣੇ। ਮੈਨੂੰ ਲੱਗਦਾ ਕਿ ਚਾਰ ਨੁਕਤੇ ਨੇ ਜਿਨ੍ਹਾਂ 'ਤੇ ਸਿੱਖਾਂ ਨੂੰ ਵਿਚਾਰ ਕਰਨੀ ਪੈਣੀ ਹੈ। ਉਹ ਚਾਰ ਨੁਕਤੇ ਇਹ ਨੇ ਕਿ ਇੱਕ, ਸਿੱਖਾਂ ਨੇ ਫੈਸਲੇ ਕਿੱਦਾਂ ਕਰਨੇ ਨੇ। ਅੱਜ ਸਿੱਖਾਂ ਦਾ ਆਪ ਦਾ ਜਿਹੜਾ ਸਿਸਟਮ ਹੈ ਉਹ ਟੁੱਟ ਗਿਆ ਹੋਇਆ। ਦੁਨੀਆ ਭਰ ਦੇ ਵਿੱਚ ਸਾਰੀਆਂ ਤਰ੍ਹਾਂ ਦੀਆਂ ਕੌਮਾਂ ਆਪਦੇ ਜਿਹੜੇ ਸਾਂਝੇ ਮਸਲੇ ਨੇ ਉਹ ਕੁਛ ਸੰਸਥਾਵਾਂ ਅਤੇ ਜਥੇਬੰਦੀਆਂ ਰਾਹੀਂ ਨਜਿੱਠਦੀਆਂ ਨੇ।
ਅਤੇ ਸਿੱਖਾਂ ਦੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਜਿਹੜੀਆਂ ਉਹ ਇਸ ਵੇਲੇ ਉਹਨਾਂ ਦੀ ਵਿਸ਼ਵਾਸ ਯੋਗਤਾ ਬਿਲਕੁਲ ਮਿਨੀਮਮ 'ਤੇ। ਅਕਾਲ ਤਖ਼ਤ ਸਾਹਿਬ 'ਤੇ ਵੀ ਸਾਰੇ ਖਾਲਸਾ ਪੰਥ ਦੇ ਜਥੇ ਇਕੱਠੇ ਨਹੀਂ ਹੋ ਸਕਦੇ ਹੈ ਹੁਣ ਜੋ ਸਥਿਤੀ ਹੈ। ਅਕਾਲੀ ਦਲ ਜਿਹੜਾ ਜਿੱਦਾਂ ਦਾ ਵੀ ਸੀਗਾ, ਚੰਗਾ ਮਾੜਾ ਸੀਗਾ, ਇੱਕ ਪੋਲੀਟੀਕਲ ਪਾਵਰ ਹੋਣ ਕਰਕੇ ਉਹ ਖੜ੍ਹਾ ਸੀਗਾ, ਬਟ ਉਹ ਵੀ ਦੋ ਮਹੀਨੇ ਜੋ ਨਤੀਜੇ ਆਏ ਨੇ ਉਹ ਖਤਮ ਹੋ ਗਏ। ਤੋ ਸਿੱਖਾਂ ਦੀ ਨਾ ਸੰਸਥਾ ਕੋਈ, ਨਾ ਜਥੇਬੰਦੀ ਆ ਜਿਹਦੀ ਕੋਈ ਇੰਨੀ ਵਿਸ਼ਵਾਸ ਯੋਗਤਾ ਜਿਹਦੇ ਵਿੱਚ ਸਾਰੇ ਨਹੀਂ ਤਾਂ ਘੱਟੋ ਘੱਟ ਸਿੱਖਾਂ ਦਾ ਵੱਡਾ ਹਿੱਸਾ ਜਿੱਥੇ ਇਕੱਠਾ ਹੋ ਸਕੇ, ਉਹ ਕੋਈ ਐਸੀ ਸਥਿਤੀ ਨਹੀਂ ਹੈ। ਇਸ ਕਰਕੇ ਇਹਦੇ ਕਰਕੇ ਸਿੱਖਾਂ ਦੇ ਹਾਲਾਤ ਹੋਰ ਵੀ ਗੰਭੀਰ ਬਣ ਗਏ। 100 ਸਾਲ ਬਾਅਦ ਇਸ ਤਰ੍ਹਾਂ ਦੀ ਸਥਿਤੀ ਆਈ। ਸਿੱਖਾਂ ਕੋਲ ਆਪਣੀ ਨੁਮਾਇੰਦਗੀ ਕਰਨ ਲਈ ਆਪਣੇ ਸਿਸਟਮ ਟੁੱਟ ਚੁੱਕੇ ਆ, ਔਰ ਉਸ ਵਕਤ ਟੁੱਟੇ ਆ ਜਦੋਂ ਸਿੱਖਾਂ ਦੀ ਕ੍ਰੈਡੀਬਿਲਟੀ ਬਹੁਤ ਜ਼ਿਆਦਾ ਆ ਇੰਡੀਆ ਦੇ ਵਿੱਚ, ਦੁਨੀਆ ਦੇ ਵਿੱਚ, ਜਿੱਥੇ ਸਿੱਖ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਆ ਜੇ ਉਹ ਆਪਣੀਆਂ ਇਹ ਦੋ ਚੀਜ਼ਾਂ ਨੂੰ ਮੁੜ ਕੇ ਆਪਣੀ ਰਵਾਇਤ ਅਨੁਸਾਰ ਉਸਾਰ ਲੈਣ। ਸੋ ਇਸ ਕਰਕੇ 4 ਚੀਜ਼ਾਂ ਨੇ ਮੇਰੇ ਖਿਆਲ ਜਿਹੜੀਆਂ ਸਿੱਖਾਂ ਨੂੰ ਕਰਨੀਆਂ ਪੈਣੀਆਂ ਨੇ ਵੱਡੇ ਕਿਸੇ ਮਸਲਿਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ। ਪਹਿਲੀ ਗੱਲ ਕਿ ਸਿੱਖਾਂ ਨੇ ਫੈਸਲੇ ਕਿੱਦਾਂ ਕਰਨੇ ਨੇ। ਅੱਜ ਸਿੱਖਾਂ 'ਚ ਜਿਸ ਤਰ੍ਹਾਂ ਫੈਸਲੇ ਹੋ ਰਹੇ ਆ ਉਹ ਇਹ ਆ ਕਿ ਜਦੋਂ ਕੋਈ ਵਿਸ਼ਵਾਸ ਯੋਗਤਾ ਨਾ ਰਹੇ ਉਦੋਂ ਕਿਹਾ ਹੁੰਦਾ ਕਿ ਜਦੋਂ ਇਕੱਠ ਹੁੰਦਾ, ਜਿਹੜਾ ਸਭ ਤੋਂ ਇਮੋਸ਼ਨਲ ਭਾਸ਼ਣ ਦਿੰਦਾ, ਜਿਹੜਾ ਸਭ ਤੋਂ ਗਰਮ ਗੱਲਾਂ ਕਰਦਾ, ਉਹ ਆਪਦੇ ਇਮੋਸ਼ਨ ਦੇ ਅਨੁਸਾਰ, ਆਪਣੀ ਮਤ ਦੇ ਅਨੁਸਾਰ ਲੋਕਾਂ ਨੂੰ ਇਮੋਸ਼ਨਲ ਕਰਕੇ ਸਾਰੇ ਇਕੱਠ ਦਾ ਫੈਸਲਾ ਹੀ ਲੈਕਚਰ ਸਟੈਂਡ ਤੋਂ ਖੜ੍ਹ ਕੇ ਬੋਲ ਦਿੰਦਾ ਅਤੇ ਉਹਦੇ ਨਤੀਜੇ ਸਾਰਿਆਂ ਨੂੰ ਭੁਗਤਣੇ ਪੈਂਦੇ। ਕਿਸਾਨ ਐਜੀਟੇਸ਼ਨ 'ਚ ਅਸੀਂ ਦੇਖਿਆ, ਬਾਬਾ ਅਨੂਪ ਸਿੰਘ ਜੀ ਹੁਣੀ ਬੈਠੇ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ, ਜਿੰਨੀ ਸਾਰੀ ਯੂਪੀ ਉੱਤਰਾਖੰਡ ਤੋਂ ਸੰਗਤ ਆਈ ਅਤੇ ਉੱਥੇ ਕਿਸ ਤਰ੍ਹਾਂ ਫੈਸਲੇ ਹੋਏ, ਜਿਨ੍ਹਾਂ ਦੇ ਬਾਰੇ ਇਤਿਹਾਸ ਦੇ ਵਿੱਚ ਤਾਂ ਜ਼ਿਕਰ ਹੋਣਾ ਹੀ ਹੋਣਾ। ਉਹ ਮੌਕੇ ਦੇ ਹਾਲਾਤ ਨੂੰ ਜਿਨ੍ਹਾਂ ਨੇ ਇਮੋਸ਼ਨਲੀ ਵਰਤਿਆ, ਉਹਦੇ ਕੋਈ ਸਿਖਾਵੇਂ ਨਤੀਜੇ ਨਹੀਂ ਆਏ। ਉਹ ਠੀਕ ਹੈ ਕਿ ਹੁਣ ਬਿਲਕੁਲ ਤਾਜ਼ੀ ਗੱਲ ਹੈ, ਆਪਾਂ ਉਸ ਤਰ੍ਹਾਂ ਨਹੀਂ ਕਰ ਸਕਦੇ, ਪਰ ਇੱਕ ਇਹ ਕਿ ਸਿੱਖਾਂ ਨੂੰ ਇਹ ਆਪਣਾ ਤਰੀਕਾ, ਜੋ ਆਪਣਾ ਤਰੀਕਾ ਸੀਗਾ ਕਿ ਸਿੱਖਾਂ 'ਚ ਫੈਸਲੇ ਕਿੱਦਾਂ ਹੁੰਦੇ ਸੀਗੇ। ਜੇ ਤੁਸੀਂ ਖਾਲਸਾ ਪੰਥ ਕਹਾਣੇ ਹੋ ਤਾਂ ਖਾਲਸਾ ਪੰਥ ਵਾਲੇ ਗੁਣ ਵੀ ਤਾਂ ਚਾਹੀਦੇ ਨਾ। ਤਾਂ ਖਾਲਸਾ ਪੰਥ ਫੈਸਲੇ ਕਿੱਦਾਂ ਕਰਦਾ ਸੀਗਾ? ਪੰਥ ਫੈਸਲੇ ਗੁਰੂ ਦੀ ਹਜ਼ੂਰੀ 'ਚ 5 ਸਿੰਘਾਂ ਰਾਹੀਂ, 5 ਪ੍ਰਧਾਨੀ ਪ੍ਰਣਾਲੀ ਰਾਹੀਂ ਗੁਰਮਤੇ ਸਾਜਦਾ ਸੀਗਾ। ਜੇ ਤੁਸੀਂ ਇਸ ਤਰ੍ਹਾਂ ਫੈਸਲੇ ਨਹੀਂ ਲਓਗੇ ਤਾਂ ਹਰ ਵਕਤ ਖਤਾ ਹੀ ਹੋਣੀ ਹੈ। ਸਾਡੇ ਫੈਸਲਿਆਂ ਦਾ ਤੁਸੀਂ ਦੇਖ ਲਓ, ਬੰਦੀ ਸਿੰਘ ਬੈਠੇ, ਭਾਈ ਲਾਲ ਸਿੰਘ ਹੁਣੀ ਬੈਠੇ, ਅਤੇ ਕਿੰਨੇ ਕਿੰਨੇ ਸਿੰਘ, ਬਲਵੀਰ ਸਿੰਘ ਬੈਠਾ, 2 ਉਮਰ ਕੈਦਾਂ ਕੱਟ ਕੇ ਆਇਆ। ਬੰਦੀ ਸਿੰਘਾਂ ਦਾ ਕਿੰਨਾ ਸੈਂਸਿਟਿਵ ਮਸਲਾ ਹੈ, ਅਤੇ ਉਹ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਫੈਸਲਾ ਹੋਇਆ, ਤੇਜਾ ਸਿੰਘ ਸਮੁੰਦਰੀ ਹਾਲ, ਉਹ ਸਾਡੇ ਸਾਹਮਣੇ ਹੈ। ਕੋਈ ਮਜ਼ਾਕ ਕਰਨ ਲੱਗ ਗਿਆ, ਕੋਈ ਆਪਦੀ ਲੋਕ ਸਭਾ ਇਲੈਕਸ਼ਨ ਦੀ ਜਿਮਨੀ ਚੋਣ ਦੀ ਟਿਕਟ ਭਾਲਣ ਲੱਗ ਗਿਆ, ਕੋਈ ਦਿੱਲੀ ਕਮੇਟੀ ਦੀ ਪ੍ਰਧਾਨਗੀ, ਅਤੇ ਕੋਈ ਆਪਣਾ ਰਿਵਾਈਵਲ। ਤਾਂ ਇਸ ਤਰੀਕੇ ਦੇ ਨਾਲ ਜੇ ਗੁਰਮਤਿ ਯੁਗਤ ਅਨੁਸਾਰ ਫੈਸਲੇ ਨਹੀਂ ਹੋਣੇ ਤਾਂ ਉਹਦਾ ਸਾਂਝੇ ਰੂਪ ਸਿੱਖਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਹੈ। ਤਾਂ ਇਸ ਕਰਕੇ ਇੱਕ ਕੰਮ ਸਾਡੇ ਲਈ ਇਹ ਆ ਕਿ ਆਪਾਂ ਫੈਸਲੇ ਆਪਣੇ ਕਿੱਦਾਂ ਕਰਨੇ ਹੈ, ਇਹ ਚੀਜ਼ ਸਾਨੂੰ ਇਵੋਲਵ ਮੁਕਾਮੀ ਸਥਾਨਕ ਪੱਧਰ ਤੋਂ ਕਰਨੀ ਪੈਣੀ, ਤਾਂ ਕਿ ਜਿਹੜੇ ਕੁਛ ਲੋਕ ਇੰਡੀਵਿਜੂਅਲ ਹੈਗੇ ਆ ਜਿਹੜੇ ਆਪਣੇ ਇੰਟਰਸਟ ਕਰਕੇ ਫੈਸਲੇ ਲੈਣ ਦੀ, ਜਿਨ੍ਹਾਂ ਨੂੰ ਇਮੋਸ਼ਨਲ ਲੈਕਚਰ ਕਰਨ ਦੀ ਕਲਾ ਹੈ, ਉਹ ਆਪਾਂ ਉਹਨਾਂ ਦਾ ਹੱਲ ਕੱਢੀਏ। ਦੂਸਰੀ ਗੱਲ ਕਿ ਸਿੱਖਾਂ ਨੇ ਆਪਣੇ ਆਗੂ ਕਿਵੇਂ ਚੁਣਨੇ ਆ, ਅੱਜ ਆਗੂ ਕਿਵੇਂ ਚੁਣੇ ਜਾਂਦੇ ਆ? ਉਹਦੇ 2 ਹੀ ਤਰੀਕੇ ਨੇ। ਇੱਕ ਆਗੂ ਇਸ ਤਰ੍ਹਾਂ ਚੁਣੇ ਜਾਂਦੇ ਆ, ਪਹਿਲਾਂ
ਕਿ ਵੋਟਾਂ ਕੌਣ ਜ਼ਿਆਦਾ ਲੈ ਗਿਆ ਜੀ। ਵੋਟਾਂ ਲੈਣ ਦੇ ਜਿਹੜੇ ਤਰੀਕੇ ਨੇ ਉਹ ਆਪਾਂ ਨੂੰ ਪਤਾ ਨੇ ਸਾਰਿਆਂ ਨੂੰ, ਪੈਸੇ ਨਾਲ ਲੈ ਲਓ, ਨਸ਼ੇ ਦੇ ਨਾਲ ਲੈ ਲਓ, ਉਹ 'ਚ ਵੀ ਹੁਣ ਸੋਸ਼ਲ ਮੀਡੀਆ ਆ ਗਿਆ, ਬਹੁਤ ਵੱਡੀਆਂ ਮੁਹਿੰਮਾਂ ਇਮੋਸ਼ਨਲ ਕਰਕੇ ਵੋਟਾਂ ਲੈਣ ਦੀਆਂ ਚੱਲਦੀਆਂ ਨੇ। ਹੁਣ ਵੀ ਇਲੈਕਸ਼ਨ ਮੁਹਿੰਮ ਚੱਲ ਰਹੀ ਪੰਜਾਬ ਦੇ ਮੁੱਦੇ ਦੀ, ਸਿੱਖਾਂ ਦੇ ਮੁੱਦੇ ਦੀ ਨਹੀਂ, ਗੱਲ ਕੋਈ ਹੋ ਰਹੀ ਹੈ, ਇਮੋਸ਼ਨ ਬੇਸਡ ਹੀ ਚੱਲ ਰਿਹਾ ਕੰਮ ਆਪਣੇ ਪੰਥ ਦਾ। ਤਾਂ ਤੋ ਇੱਕ ਤਰੀਕਾ ਇਹ ਆ ਕਿ ਵੋਟਾਂ ਰਾਹੀਂ, ਅਤੇ ਦੂਜਾ ਹੁਣ ਇੱਕ ਨਵਾਂ ਤਰੀਕਾ ਆ ਗਿਆ ਸੋਸ਼ਲ ਮੀਡੀਆ ਰਾਹੀਂ। ਜਿਹੜਾ ਸਾਰੀ ਦਿਹਾੜੀ ਫੇਸਬੁੱਕ 'ਤੇ ਲਾਈਵ ਹੋ ਕੇ ਬੈਠਾ ਰਹੇ ਉਹ ਲੀਡਰ ਬਣ ਜਾਂਦਾ। ਤੋ ਇਹ ਦੋ ਤਰੀਕੇ ਵੀ ਆਪਾਂ ਨੂੰ ਦੇਖਣੇ ਪੈਣੇ ਕਿ ਸਿੱਖਾਂ 'ਚ ਲੀਡਰ ਕਿੱਦਾਂ ਬਣਦੇ ਸੀਗੇ। ਸਿੱਖਾਂ 'ਚ ਲੀਡਰ ਪਹਿਲਾਂ ਘਾਲ ਕਮਾਈ ਦੇ ਸਿਰ 'ਤੇ, ਸੇਵਾ ਦੇ ਸਿਰ ਦੇ ਉੱਤੇ ਬਣਦੇ ਸੀਗੇ, ਜਿਨ੍ਹਾਂ ਦਾ ਆਪ ਦਾ ਕੋਈ ਅਮਲ ਹੁੰਦਾ ਸੀਗਾ ਸੰਗਤ ਦੇ ਵਿੱਚ। ਤੋ ਆਪਾਂ ਨੂੰ ਵੀ ਉਸ ਤਰ੍ਹਾਂ ਦੇ ਬੰਦਿਆਂ ਦੀ ਨਿਸ਼ਾਨਦੇਹੀ ਕਰਨੀ ਪੈਣੀ ਹੈ, ਅਤੇ ਜਿਹੜੇ ਇਹ ਸਮਰੱਥਾ ਰੱਖਦੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਪੈਣਾ। ਜਿਹੜਾ ਨਿਸ਼ਕਾਮ ਘਾਲ ਕਮਾਈ ਸੇਵਾ ਵਾਲਾ ਹੈਗਾ, ਉਹਨੇ ਆਪ ਬੇਸ਼ਰਮ ਹੋ ਕੇ ਨਹੀਂ ਖੜ੍ਹ ਕੇ ਕਹਿਣਾ ਕਿ ਮੈਂ ਅਗਵਾਈ ਕਰੂੰਗਾ, ਉਹ ਤਾਂ ਘਰੋਂ ਜਾ ਕੇ ਲੈ ਕੇ ਆਉਣੇ ਪੈਂਦੇ। ਅਤੇ ਜਿਹੜਾ ਸਭ ਤੋਂ ਹੋਛਾ ਹੁੰਦਾ, ਉਹਨੇ ਸਭ ਤੋਂ ਮੂਹਰੇ ਆ ਕੇ ਕਹਿਣਾ ਹੁੰਦਾ ਵੀ ਮੈਂ ਬਣਨਾ ਤੁਹਾਡਾ ਲੀਡਰ, ਅਤੇ ਮੁੜ ਕੇ ਜਦੋਂ ਵਜਨ ਪੈਂਦਾ ਤਾਂ ਉਹ ਅਸੀਂ ਦੇਖਿਆ ਫਿਰ ਕਿਆ ਹੁੰਦਾ। ਸੋ ਇਸ ਕਰਕੇ ਦੂਜਾ ਤਰੀਕਾ ਸਿੱਖਾਂ ਨੂੰ ਇਹ ਆਪਣਾ ਕਰੈਕਟ ਕਰਨਾ ਪੈਣਾ ਕਿ ਲੀਡਰ ਕਿੱਦਾਂ ਚੁਣਨੇ। ਅਤੇ ਤੀਜਾ ਕੰਮ ਸਿੱਖਾਂ ਨੂੰ ਇਹ ਦੇਖਣਾ ਪੈਣਾ ਕਿ ਜਥੇਬੰਦ ਕਿੱਦਾਂ ਹੋਣਾ। ਜਥੇਬੰਦ ਹੁਣ ਜਿੱਦਾਂ ਆਪਾਂ ਹੈਗੇ ਹਾਂ, ਉਹ ਪੂਰੇ ਪੰਥ ਲੈਵਲ ਦੀ ਇੱਕ ਜਥੇਬੰਦੀ ਬਣਦੀ, ਜਿਹੜੀ ਜਿਵੇਂ ਅਕਾਲੀ ਦਲ ਸੀਗਾ ਜਾਂ ਹੋਰ ਵੀ ਜਥੇਬੰਦੀਆਂ ਨੇ, ਅਤੇ ਜਿਹੜੀਆਂ ਸੈਂਟਰਲ ਲੈਵਲ 'ਤੇ ਜਥੇਬੰਦੀਆਂ ਨੇ ਉਹਨਾਂ ਦਾ ਆਪਾਂ ਇਹ ਹਾਲ ਦੇਖਿਆ ਹੈ ਕਿ ਬੜੇ ਆਰਾਮ ਦੇ ਨਾਲ ਸਟੇਟ ਉਹਨਾਂ ਦੀ ਲੀਡਰਸ਼ਿਪ ਨੂੰ, ਜਾਂ ਤਾਂ ਜਿਹੜੇ ਉਹਨਾਂ 'ਤੇ ਕੁਛ ਗਲਤੀਆਂ ਜਾਂ ਊਣਤਾਈਆਂ ਰਹਿ ਜਾਂਦੀਆਂ ਨੇ, ਉਹਨਾਂ ਨੂੰ ਫੜ ਕੇ ਉਹ ਬਲੈਕਮੇਲ ਕਰ ਲੈਂਦੇ ਆ, ਜਾਂ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਅਹੁਦਿਆਂ ਦੀਆਂ ਲਾਲਸਾਵਾਂ ਨੇ ਉਹ ਮੋਹਰੇ ਸਿੱਟ ਕੇ ਉਹਨਾਂ ਨੂੰ ਆਪਣੇ ਵੱਲ ਕਰ ਲੈਂਦੇ ਆ, ਜਾਂ ਪੈਸਾ ਹੀ ਬਹੁਤ ਵੱਡਾ ਦੇ ਦਿੰਦੇ ਆ। ਜੇ ਕੁਛ ਵੀ ਨਾ ਚੱਲੇ ਫਿਰ ਜੇਲ੍ਹ ਹੈਗੀ ਹੈ, ਅਤੇ ਉਹਨਾਂ ਨੂੰ ਜੇਲ੍ਹ 'ਚ ਕਰ ਦਿੰਦੇ ਆ, ਅਤੇ ਪਿਛਲੇ 15 ਸਾਲ 'ਚ ਅਸੀਂ ਇਹੀ ਦੇਖਿਆ। ਤੋ ਇਸ ਕਰਕੇ ਇਹਦਾ ਹੱਲ ਸਿੱਖ ਕਿੱਦਾਂ ਕੱਢਦੇ ਰਹੇ ਨੇ, ਪਹਿਲਾਂ ਸਿੱਖ ਜਥੇਬੰਦ ਪਹਿਲਾਂ ਸਦਾ ਹੀ ਇੱਦਾਂ ਹੁੰਦੇ ਰਹੇ ਨੇ ਕਿ ਹਰੇਕ ਇਲਾਕੇ ਇਲਾਕੇ ਦੇ ਵਿੱਚ ਆਪੋ ਆਪਣੇ ਮੁਕੰਮਲ ਜਥੇ ਬਣਾ ਲੈਂਦੇ ਸੀਗੇ। ਸਾਰੇ ਪੰਜਾਬ ਦੇ ਵਿੱਚ 50 ਜਥੇ ਹੋਣ 'ਤੇ ਸਰਕਾਰ ਕਿਹੜੇ 'ਤੇ ਦਬਾਅ ਪਾਏ, ਕਿਹਨੂੰ ਖਰੀਦੇ, ਕਿਹਦੀਆਂ ਊਣਤਾਈਆਂ ਫੜੇ, ਇਹ ਪੋਸੀਬਲ ਹੀ ਨਹੀਂ ਹੁੰਦਾ। ਤੋ ਸਿੱਖਾਂ ਦਾ ਇਹ ਆਪ ਦਾ ਇਵੋਲਵ ਹੋਇਆ ਹੋਇਆ ਇੱਕ ਆਪਣਾ ਤਰੀਕਾ ਹੈ ਕਿ ਜਥੇਬੰਦ ਕਿੱਦਾਂ ਹੋਣਾ, ਜਿਹਨੂੰ ਹੰਨੇ ਹੰਨੇ ਮੀਰੀ ਕਹਿੰਦੇ। ਸੈਂਟਰਲ ਜਥੇਬੰਦੀ ਤਾਂ ਉਦੋਂ ਬਣਾਉਂਦੇ ਸੀਗੇ ਸਿੱਖ ਜਦੋਂ ਤਾਕਤ ਲੈਣ ਦੇ ਬਹੁਤ ਨੇੜੇ ਪਹੁੰਚ ਜਾਂਦੇ ਸੀਗੇ। 18ਵੀਂ ਸਦੀ ਦੇ ਵਿੱਚ ਆਪਾਂ ਦੇਖੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਤੋਂ ਬਾਅਦ ਜਦੋਂ ਸਟਰਗਲ ਟੁੱਟ ਗਈ, ਉਸ ਤੋਂ ਬਾਅਦ ਭਾਈ ਮਨੀ ਸਿੰਘ ਹੁਣੀ ਜਦੋਂ ਅੰਮ੍ਰਿਤਸਰ ਆਏ, ਤਾਂ ਉਹਨਾਂ ਨੇ ਸਿੰਘਾਂ ਨੂੰ ਇਹੀ ਕਿਹਾ ਕਿ ਆਪੋ ਆਪਣੇ ਇਲਾਕੇ ਜਥੇ ਬਣਾਓ ਅਤੇ ਜੋ ਪੰਥ ਦਾ ਕਾਰਜ ਹੈ ਉਹ ਕਰੋ। ਪੰਥ ਦਾ ਕਾਰਜ ਬੜਾ ਸਿੰਪਲ ਹੈ, ਗੁਰਮਤਿ ਦਾ ਪ੍ਰਚਾਰ ਕਰਨਾ, ਲੋੜਵੰਦ ਦੀ ਮਦਦ ਕਰਨੀ ਅਤੇ ਨਿਤਾਣੇ ਦੀ ਧਿਰ ਬਣਨੀ। ਇਹ 3 ਕੰਮ ਕਰਨੇ ਨੇ, ਅਤੇ ਆਪੋ ਆਪਣੀ ਸਮਰੱਥਾ ਮੁਤਾਬਕ ਆਪੋ ਆਪਣੇ ਇਲਾਕੇ 'ਚ ਕਰੀ ਜਾਓ। ਅਤੇ ਉਹ ਕਰਦੇ ਗਏ। 20 ਸਾਲ ਦੇ ਵਿੱਚ ਜਾ ਕੇ ਜ਼ਕਰੀਆ ਮਰਿਆ, ਉਹਦੇ ਭਚੰਗੀਆਂ ਦੇ ਵਿੱਚ ਜਵਾਕਾਂ 'ਚ ਲੜਾਈ ਹੋਈ, ਤਾਂ ਸਿੱਖਾਂ ਨੂੰ ਸਿੱਖ ਤਾਕਤਵਰ ਹੋ ਗਏ 20 ਸਾਲ 'ਚ, ਔਰ ਪਰਖੇ ਗਏ ਸਭ ਤੋਂ ਵੱਡੀ ਗੱਲ। ਪਰਖ ਤੋਂ ਬਾਅਦ ਉਹ ਉਹਨਾਂ ਨੇ ਇੱਕ ਸੈਂਟਰਲ ਆਰਗੇਨਾਈਜੇਸ਼ਨ ਬਣਾਈ। ਅੱਜ ਵੀ ਆਪਣੇ ਲਈ ਉਹ ਸਥਿਤੀ ਆ ਕਿ ਆਪਾਂ ਆਪੋ ਆਪਣੇ ਇਲਾਕਿਆਂ ਦੇ ਹਿਸਾਬ ਦੇ ਨਾਲ ਜਥੇਬੰਦ ਹੋਈਏ, ਅਤੇ ਦੂਜੇ ਪਾਸੇ ਸਾਰਿਆਂ ਦੇ ਨਾਲ ਤਾਲਮੇਲ ਕਰੀਏ। ਔਰ ਆਖਰੀ ਗੱਲ ਜਿਹੜੀ ਸਿੱਖਾਂ ਨੂੰ ਕਰਨੀ ਪੈਣੀ ਉਹ ਇਹ ਕਿ ਸਿੱਖਾਂ ਦੇ ਵਿੱਚ ਜਦੋਂ ਵੀ ਪੰਥਕ ਪੱਧਰ 'ਤੇ ਫੈਸਲੇ ਹੋਣੇ, ਉਹ ਤਖਤਾਂ 'ਤੇ ਹੀ ਹੁੰਦੇ ਨੇ ਜਾ ਕੇ, ਅਤੇ ਅੱਜ ਤਖਤਾਂ ਦੇ ਉੱਤੇ ਫੈਸਲੇ
ਪੰਥ ਦੀ ਬਜਾਏ ਇੱਕ ਪਰਿਵਾਰ ਜਾਂ ਇੱਕ ਜਥੇਬੰਦੀ ਦੇ ਹੱਕ 'ਚ ਕਿਉਂ ਹੋ ਰਹੇ? ਉਹ ਇਸ ਕਰਕੇ ਹੋ ਰਹੇ ਆ ਕਿ ਅੱਜ ਤਖ਼ਤ ਦਾ ਜਿਹੜਾ ਪ੍ਰਬੰਧ ਹੈ ਉਹ ਪੂਰੇ ਪੰਥ ਦੇ ਵਿੱਚੋਂ ਸਾਂਝੇ ਰੂਪ 'ਚ ਨਹੀਂ ਚੱਲ ਰਿਹਾ, ਅਤੇ ਪੰਥ ਦਾ ਪ੍ਰਬੰਧ ਵੋਟਾਂ ਵਾਲੀਆਂ ਪਾਰਟੀਆਂ ਕੋਲ ਹੈ। ਖਾਲਸਾ ਪੰਥ ਨੂੰ ਆਪਣੇ ਤਖ਼ਤਾਂ ਦਾ ਪ੍ਰਬੰਧ ਵੋਟਾਂ ਵਾਲੀਆਂ ਪਾਰਟੀਆਂ ਤੋਂ ਆਜ਼ਾਦ ਕਰਾਉਣਾ ਪੈਣਾ ਹੈ। ਅੱਜ ਇੱਕ ਸੱਜਣ ਸੀਗੇ, ਉਹ ਕਹਿੰਦੇ ਕਿ ਆਪਾਂ ਨੂੰ ਕਿਆ ਕਰਨਾ ਚਾਹੀਦਾ ਹੈ? ਮੈਂ ਕਿਹਾ ਜੀ ਤੁਸੀਂ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੋਟਾਂ ਵਾਲੀਆਂ ਪਾਰਟੀਆਂ ਤੋਂ ਮੁਕਤ ਕਰ ਦਿਓ। ਅਕਾਲੀ ਦਲ ਨਾਲ ਸੰਬੰਧਿਤ, ਬਾਦਲ ਨਾਲ ਸੰਬੰਧਿਤ ਸੀਗੇ। ਮੈਨੂੰ ਕਹਿੰਦੇ ਜੀ ਇਹ ਕਿੱਦਾਂ ਹੋ ਸਕਦਾ? ਮੈਂ ਕਿਹਾ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਅਲਟੀਮੇਟਲੀ ਇੱਕ ਬੰਦੇ ਕੋਲ ਥੋੜ੍ਹੀ ਹੁੰਦਾ, ਇੱਕ ਜਥੇਬੰਦੀ ਕੋਲ ਹੀ ਹੁੰਦਾ। ਹੁਣ ਜਥੇਦਾਰ ਹੈ, ਜਥੇਦਾਰ ਨੂੰ ਕੌਣ ਨਿਯਤ ਕਰਦਾ? ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਨੂੰ ਦੀ ਕਮਾਂਡ ਕਿਹਦੇ ਕੋਲ ਹੈ? ਬਾਦਲ ਦਲ ਕੋਲ। ਬਾਦਲ ਦਲ ਦੀ ਕਮਾਂਡ ਕਿਹਦੇ ਕੋਲ ਹੈ? ਬਾਦਲ ਪਰਿਵਾਰ ਕੋਲ। ਮੈਂ ਕਿਹਾ ਕੱਲ੍ਹ ਨੂੰ ਆਮ ਆਦਮੀ ਪਾਰਟੀ ਜਿੱਤ ਗਈ ਸ਼੍ਰੋਮਣੀ ਕਮੇਟੀ, ਅਤੇ ਕੱਲ੍ਹ ਨੂੰ ਉਹ ਕਹੂੰਗੀ ਜੀ ਸ਼੍ਰੋਮਣੀ ਕਮੇਟੀ ਲਾਓ ਜਥੇਦਾਰ, ਅਤੇ ਸ਼੍ਰੋਮਣੀ ਕਮੇਟੀ ਦੀ ਕਮਾਂਡ ਆਮ ਆਦਮੀ ਪਾਰਟੀ ਕੋਲ ਹੈ, ਅਤੇ ਆਮ ਆਦਮੀ ਦੀ ਪਾਰਟੀ ਦੀ ਕਮਾਂਡ ਲਾਲਾ ਜੀ ਕੋਲ, ਅਤੇ ਫਿਰ ਲਾਲਾ ਜੀ ਲਾਓਗੇ ਜਥੇਦਾਰ। ਤੋ ਮੈਂ ਕਿਹਾ ਇਹ ਹਾਲਾਤ ਪੈਦਾ ਹੋਣ ਤੋਂ ਪਹਿਲਾਂ ਜੋ ਸਿੱਖਾਂ ਦਾ ਆਪਦਾ ਪ੍ਰਬੰਧ ਸੀਗਾ, ਸਿੱਖਾਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸਦਾ ਇੱਕ ਉਸ ਜਥੇ ਕੋਲ ਰਿਹਾ ਜਿਹੜਾ ਜਥਾ ਨਿਸ਼ਕਾਮ ਸਟਰਗਲ ਕਰਦਾ ਸੀਗਾ। ਬਾਬਾ ਦੀਪ ਸਿੰਘ ਹੋਣੀ, ਬਾਬਾ ਗੁਰਬਖਸ਼ ਸਿੰਘ ਹੋਣੀ, ਅਕਾਲੀ ਫੂਲਾ ਸਿੰਘ ਹੋਣੀ, ਜਿਹੜੇ ਤਖ਼ਤ ਦੇ ਜਥੇਦਾਰ ਹੋਏ ਨੇ ਉਹ ਹੋਏ ਨੇ ਜਿਹੜੇ ਅਸਲ ਅਕਾਲੀ ਸੀਗੇ, ਜਿਹੜੇ ਦੁਨੀਆ ਦੀ ਕਿਸੇ ਅਹੁਦੇਦਾਰੀ ਦੇ ਚੱਕਰ 'ਚ ਨਾ ਪੈਂਦੇ, ਪੋਲੀਟੀਕਲ ਲੜਾਈ ਲੜਦੇ ਸੀਗੇ, ਸੰਘਰਸ਼ ਕਰਦੇ ਸੀਗੇ, ਪਰ ਅਹੁਦਿਆਂ ਤੋਂ ਉੱਪਰ ਉੱਠ ਕੇ। ਅੱਜ ਵੀ ਤੁਸੀਂ 200 ਬੰਦੇ ਦਾ, 50 ਬੰਦੇ ਦਾ, 500 ਬੰਦੇ ਦਾ, ਸਾਰੇ ਪੰਥ 'ਚੋਂ ਜਿਹੜੇ ਰਹਿਤ 'ਚ ਪੱਕੇ ਆ, ਜਿਨ੍ਹਾਂ ਦੀ ਕੋਈ ਦੇਣ ਹੈ ਪੰਥ ਨੂੰ, ਜਿਨ੍ਹਾਂ 'ਤੇ ਮਹਾਰਾਜ ਦੀ ਕੋਈ ਕਿਰਪਾ ਹੈ, ਐਸੇ ਬੰਦਿਆਂ ਦਾ ਇੱਕ ਪਲੇਟਫਾਰਮ ਬਣਾ ਲਓ ਜਿਹਦੇ ਤਹਿਤ ਤਖ਼ਤ ਦਾ ਪ੍ਰਬੰਧ ਚੱਲੇ, ਤੋ ਅੱਜ ਵੀ ਸਾਰਾ ਕੁਛ ਖੜ੍ਹ ਜਾਣਾ। ਇਹ ਸਿੱਖਾਂ ਨੂੰ ਕਰਨਾ ਪੈਣਾ। ਜੇ ਤਖ਼ਤ ਦਾ ਪ੍ਰਬੰਧ ਸਿੱਖ ਇੱਦਾਂ ਨਹੀਂ ਬਦਲ ਸਕੂਗੇ ਤਾਂ ਸਿੱਖਾਂ ਨੂੰ ਗੁਰੂ ਨੇ ਇੱਕ ਹੋਰ ਦੂਜੀ ਜੁਗਤ ਦਿੱਤੀ ਹੋਈ। ਕਈ ਵਾਰ ਇਤਿਹਾਸ ਪਹਿਲਾਂ ਵੀ ਆਇਆ ਕਿ ਤਖ਼ਤਾਂ ਦੇ ਉੱਤੇ ਉਸ ਸਮੇਂ ਦੀ ਸਰਕਾਰ ਦਾ ਕਬਜ਼ਾ ਹੋ ਜਾਂਦਾ, ਉਹ ਸਿੱਧੇ ਰੂਪ 'ਚ ਹੀ ਕਰ ਲੈਂਦੇ ਸੀਗੇ, ਹੁਣ ਅਸਿੱਧਾ ਹੈ। ਤੋ ਉਸ ਵਕਤ ਮਹਾਰਾਜ ਨੇ ਕਿਹਾ ਜੁਗਤ ਦਿੱਤੀ ਵੀ ਜਿਹੜਾ ਚੱਲਦਾ ਵਹੀਰ ਹੈ ਉਹਦੇ ਕੋਲ ਇਹ ਹੈਸੀਅਤ ਹੈ ਕਿ ਉਹ ਪੰਥ ਦੇ ਫੈਸਲੇ ਲਵੇ। ਅੱਜ ਚੱਲਦਾ ਵਹੀਰ ਬਣਾਉਣ ਨੂੰ, ਐਸਾ ਇੱਕ ਜਥਾ ਸਿਰਜਣ ਨੂੰ ਜਿਹੜਾ ਨਿਸ਼ਕਾਮ ਪੋਲੀਟੀਕਲ ਸਟਰਗਲ ਕਰੇ, ਉਹਨੂੰ ਦਿੱਲੀ ਦਰਬਾਰ ਰੋਕ ਨਹੀਂ ਸਕਦਾ। ਉਹ ਸਾਡੀ ਆਪਣੀ ਕਚਿਆਈ ਆ ਕਿ ਆਪਣੇ ਕੋਲ ਉਸ ਤਰ੍ਹਾਂ ਦੇ ਕਦਮ ਨਹੀਂ ਪੱਟ ਹੋ ਰਹੇ। ਸੋ ਇਸ ਕਰਕੇ ਇਹ ਚਾਰ ਚੀਜ਼ਾਂ ਦੇ ਬਾਰੇ ਸਿੱਖਾਂ ਨੂੰ ਸੋਚਣਾ ਪੈਣਾ, ਤਦੇ ਹੀ ਜਿਹੜੇ ਆਉਣ ਵਾਲੇ ਨਾਜ਼ੁਕ ਸਮੇਂ ਨੇ ਉਹਦਾ ਕਿਸੇ ਸਹੀ ਤਰੀਕੇ ਦੇ ਨਾਲ ਆਪਾਂ ਕੋਈ ਜਵਾਬ ਦੇ ਹੋਣਾ। ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਨਾਲ ਪਿਆਰ। ਮੈਗਰੇਗਰ ਲਿਖਦਾ ਕਿ ਮਹਾਰਾਜਾ ਆਪਣੀ ਪਰਜਾ ਨਾਲ ਬੜੇ ਪਿਆਰ ਨਾਲ ਵਰਤਦਾ ਸੀ। ਉਹ ਅਕਸਰ ਤਰਸ ਤੇ ਖਿਮਾ ਤੋਂ ਹੀ ਕੰਮ ਲੈਂਦਾ ਸੀ। ਚੰਗੇ ਵਰਤਾਵ ਤੇ ਰਹਿਮ ਦਿਲੀ ਵਿੱਚ ਉਹ ਨਿਰਸਨ ਦੇ ਇਸ ਮੁਲਕ ਵਿੱਚ ਹੋ ਗੁਜ਼ਰੇ ਸਾਰਿਆਂ ਬਾਦਸ਼ਾਹਾਂ ਵਿੱਚੋਂ ਮੋਹਰੀ ਸੀ। ਉਹ ਬਿਨਾਂ ਕਿਸੇ ਭਾਰੀ ਸੰਗੀਨ ਅਪਰਾਧ ਦੇ ਕਿਸੇ ਨੂੰ ਸਖ਼ਤ ਸਜ਼ਾ ਨਹੀਂ ਸੀ ਦਿੰਦਾ, ਨਾ ਹੀ ਕਿਸੇ ਦੀ ਜਾਨ ਨਾਹਕ ਗਵਾਉਂਦਾ ਤੇ ਨਾ ਹੀ ਕਿਸੇ ਨੂੰ ਅੰਗਹੀਨ ਕਰਵਾਉਂਦਾ। ਇਸ ਦੇ ਅੱਗੇ ਮੁਹੰਮਦ ਲਤੀਫ ਲਿਖਦਾ ਕਿ ਇਸ ਗੱਲ ਵਿੱਚ ਵੀ ਅਸੀਂ ਮੈਗਰੇਗਰ ਨਾਲ ਸਹਿਮਤੀ ਰੱਖਦੇ ਹਾਂ ਕਿ ਕਿਸੇ ਵੀ ਇਤਿਹਾਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕਰੜਾਈ, ਬੁਰਿਆਈ ਤੇ ਜ਼ੁਲਮ ਦੀ ਕੋਈ ਨਜ਼ੀਰ ਨਹੀਂ ਪੜੀ। ਅਸਾਂ ਕਦੀ ਨਹੀਂ ਸੁਣਿਆ ਕਿ ਉਸਨੇ ਕਿਸੇ ਦੀਆਂ ਅੱਖਾਂ ਕਢਵਾ ਸੁੱਟੀਆਂ ਹੋਣ ਜਾਂ ਕਿਸੇ ਦੇ ਅੰਗ ਭੰਗ ਕੀਤੇ ਹੋਣ।
ਜਾਂ ਕਿਸੇ ਨੂੰ ਤਸੀਹੇ ਦੇ ਕੇ ਹੱਤਿਆ ਕੀਤੀ ਹੋਵੇ। ਕਈ ਵਾਰੀ ਇਸ ਦੇ ਵੈਰੀ ਵੀ ਜਦ ਇਸ ਦੇ ਸਾਹਮਣੇ ਪੇਸ਼ ਹੁੰਦੇ ਤਾਂ ਇਹ ਵਧੇਰੇ ਮਾਫ਼ੀ ਤੋਂ ਹੀ ਕੰਮ ਲੈਂਦਾ ਸੀ। ਸੁਲਤਾਨ ਖਾਨ ਵਾਲੀਏ ਭਿੰਬਰ ਦੀਆਂ ਸ਼ਰਾਰਤਾਂ ਦੀਆਂ ਖ਼ਬਰਾਂ ਮਹਾਰਾਜੇ ਨੂੰ ਆਮ ਪਹੁੰਚਦੀਆਂ ਸਨ ਕਿ ਉਹ ਕਸ਼ਮੀਰ ਦੇ ਇਲਾਕੇ ਵਿੱਚ ਖਰੂਦ ਮਚਾਉਂਦਾ ਰਹਿੰਦਾ। ਜਦ ਇਹ ਪਹਿਲੀ ਵਾਰੀ ਪਕੜਿਆ ਹੋਇਆ ਆਇਆ ਅਤੇ ਮਹਾਰਾਜੇ ਦੇ ਪੇਸ਼ ਕੀਤਾ ਗਿਆ ਤਾਂ ਆਮ ਲੋਕਾਂ ਦਾ ਖਿਆਲ ਸੀ ਕਿ ਇਸ ਨੂੰ ਤੋਪ ਅੱਗੇ ਉਡਾਇਆ ਜਾਏਗਾ, ਪਰ ਇਹ ਵੇਖ ਕੇ ਲੋਕਾਂ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਜਦ ਮਹਾਰਾਜੇ ਨੇ ਉਸਦੇ ਪੈਰਾਂ ਤੋਂ ਬੇੜੀਆਂ ਕੱਟ ਸੁੱਟਣ ਦਾ ਹੁਕਮ ਦਿੱਤਾ, ਇਹ ਜਦ ਮਹਾਰਾਜੇ ਦੇ ਸਾਹਮਣੇ ਆਪਣੇ ਕੀਤੇ ਤੇ ਪਛਤਾਇਆ ਤੇ ਹਜ਼ੂਰ ਜੀ ਨੇ ਉਸ ਨੂੰ ਉਸੇ ਵੇਲੇ ਬਖਸ਼ ਦਿੱਤਾ। ਇਸ ਤਰ੍ਹਾਂ ਦੀਆਂ ਅਣਗਿਣਤ ਨਜ਼ੀਰਾਂ ਮੌਜੂਦ ਨੇ। ਗੱਲ ਕੀ ਮਹਾਰਾਜਾ ਕਰੜਾਈ ਦੀ ਥਾਂ ਬਖਸ਼ਿਸ਼ ਦੇ ਭਾਰ ਹੇਠ ਦੋਸ਼ੀਆਂ ਨੂੰ ਇੰਨਾ ਦੱਬ ਦਿੰਦਾ ਸੀ ਜਿਸ ਦੇ ਅਸਰ ਨਾਲ ਅਪਰਾਧੀ ਸੁੱਤੇ ਸਿੱਧੇ ਹੀ ਅੱਗੇ ਨੂੰ ਸੁਧਰ ਜਾਂਦੇ ਸਨ। ਮਿਸਟਰ ਐਚ ਈ ਫੈਨ ਸਰ ਹੈਨਰੀ ਫੇਨ ਕਮਾਂਡਰ ਇਨ ਚੀਫ ਦਾ ਪ੍ਰਾਈਵੇਟ ਸਕੱਤਰ ਸੀ। ਇਸ ਨੇ ਕਵਰ ਨੌਨਿਹਾਲ ਸਿੰਘ ਦੇ ਵਿਆਹ ਉੱਤੇ ਲਾਹੌਰ ਆ ਕੇ ਮਹਾਰਾਜੇ ਦੀ ਆਪਣੀ ਪਰਜਾ ਨਾਲ ਵਰਤਾਵ ਆਪਣੇ ਅੱਖੀਂ ਵੇਖ ਜੋ ਕੁਝ ਲਿਖਿਆ ਸੀ ਉਹ ਇਸ ਤਰ੍ਹਾਂ ਸੀ। ਰਣਜੀਤ ਸਿੰਘ ਨੂੰ ਉਸ ਦੀ ਪਰਜਾ ਬੜਾ ਖੁੱਲ੍ਹ ਦਿਲਾ ਬਾਦਸ਼ਾਹ ਮੰਨਦੀ ਹੈ ਅਤੇ ਸਾਰੇ ਹੋ ਗੁਜ਼ਰੇ ਹਿੰਦੁਸਤਾਨ ਦੇ ਬਾਦਸ਼ਾਹਾਂ ਵਿੱਚੋਂ ਉਸ ਨੂੰ ਵਧੇਰੇ ਪਿਆਰ ਦੀ ਅਤੇ ਬਹੁਤ ਹੀ ਚੰਗਾ ਹੁਕਮਰਾਨ ਜਾਣਦੀ ਹੈ। ਇਸ ਗੱਲ ਦਾ ਬਥੇਰਾ ਸਬੂਤ ਮੌਜੂਦ ਹੈ ਕਿ ਉਹ ਚੰਗਾ ਅਤੇ ਹਰਮਨ ਪਿਆਰਾ ਹੁਕਮਰਾਨ ਹੈ। ਉਸ ਨੂੰ ਨਾ ਕੇਵਲ ਵੱਡੇ ਹੀ ਪਿਆਰ ਕਰਦੇ ਸਨ ਸਗੋਂ ਨਿੱਕੇ ਨਿੱਕੇ ਮੁੰਡੇ ਵੀ ਦਿਲੋਂ ਆਪਣਾ ਕਿਰਪਾਲੂ ਬਾਦਸ਼ਾਹ ਜਾਣਦੇ ਸਨ।